ਲੋਕਾਂ ਨੂੰ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਹਾਂ ਇਹ ਦੋਨੇ ਕੰਨ ਖੋਲ ਕੇ ਸੁਣ ਲਓ ਕਿ ਅਸੀਂ ਲੋਕਾਂ ਦਾ ਮਜ਼ਾਕ ਨਹੀਂ ਕਰਦੇ ਲੋਕਾਂ ਦੇ ਦੁੱਖ ਸੁਣਦੇ ਹਾਂ ਤੇ ਉਸ ਤੋਂ ਬਾਅਦ ਰਿਜ਼ਲਟ ਵੀ ਲੈ ਕੇ ਆਉਂਦੇ ਹਾਂ ਲੋਕਾਂ ਨੇ ਇਦਾਂ ਹੀ ਕਿਹਾ ਆ ਕਿ ਇਹ ਮਜ਼ਾਕ ਬਹੁਤ ਬਣਾ ਦਿੰਦੇ ਆ ਇਹਨਾਂ ਨੂੰ ਲਾਈਕਾਂ ਤੱਕ ਮਤਲਬ ਲੋਕਾਂ ਨੇ ਮੈਨੂੰ ਇਹ ਵੀ ਗੱਲ ਕਹੀ ਸੀ ਇਹਨਾਂ ਨੂੰ ਵਿਊ ਤੱਕ ਮਤਲਬ ਆ ਇਹਨਾਂ ਨੇ ਤੁਹਾਡੇ ਕੋਈ ਪੈਸਾ ਨਹੀਂ ਲੈਣਾ ਪਰ ਇਹਨਾਂ ਨੂੰ ਮਸ਼ਹੂਰੀ ਦਾ ਜਿੱਦਾਂ ਜਿੱਦਾਂ ਵਿਊ ਵੱਧ ਜਾਣੇ ਇਹਨਾਂ ਨੂੰ ਉੱਥੋਂ ਪੇਮ ਪੈਸੇ ਆਉਣੇ ਆ ਮੈਨੂੰ ਤਾਂ ਇਸ ਗੱਲ ਦਾ ਪਤਾ ਲੱਗਿਆ ਸੀ ਸੀਰੀਅਸਲੀ अच्छा हम हम की कहना चाहते हैं उन्होंने लोगों को दसना सगा कि बासी है जिन्हें साडा मसला हल कराया सानू पैसे दवाए है तो हूँ इतने स्कूल में मेरी जॉब से कोई भी मैं कहता है मैं निर होकर कहती हाँ मैं मैंने कोई माइंड नहीं है इस शो में गई हाँ पैसे मैं ता ही मिले एक साल तो मैं स्ट्रगल करती थी अपने पैसों का जी असं कम्यूनिटी कहना चाहते दुनिया में जे अं कहते करते भी थोड़े सामने हाँ किन्ने लोगों ने पैसे दवाए है अमेरिका में किन्ने परिवारों ने पैसे दवाए एक चीज़ में टाइम लगता मैं थोड़ा कह रही थी ਤੁਸੀਂ ਮੈਨੂੰ ਕਹਿ ਰਹੇ ਸੀਗੇ ਕਿ ਅਸੀਂ ਕੋਈ ਪੁਲਿਸ ਨਹੀਂ ਆ ਲਾਈਕ ਅਸੀਂ ਰਸ਼ ਨਹੀਂ ਕਰ ਸਕਦੇ ਆਈ ਨੋ ਸਾਰੀ ਗੱਲ ਨੂੰ ਟਾਈਮ ਲੱਗਦਾ ਪਰ ਥੈਂਕ ਯੂ ਸੋ ਮਚ ਤੁਹਾਡਾ ਐਪਰੀਸ਼ੀਏਟ ਅੱਛਾ ਤੁਹਾਨੂੰ ਯਾਦ ਹੈ ਤੁਸੀਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਅਸੀਂ ਪੁਲਿਸ ਵਿੱਚ ਕੰਮ ਨਹੀਂ ਕਰਦੇ ਸਾਨੂੰ ਟਾਈਮ ਲੱਗੂਗਾ ਟਾਈਮ ਸਾਨੂੰ ਦਿਓ ਅਸੀਂ ਜ਼ਰੂਰ ਤੁਹਾਡੀ ਮਦਦ ਕਰਾਂਗੇ ਹਾਂਜੀ ਤੁਸੀਂ ਇਹ ਗੱਲ ਮੈਨੂੰ ਕਹੀ ਸੀ ਇਸ ਲਈ ਮੇਰੇ ਹਸਬੈਂਡ ਰੀਅਲੀ ਐਪਰੀਸ਼ੀਏਟ ਕਰਦੇ ਆ ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੂੰਗੀ ਸੱਚੀ ਇਹ ਸ਼ੋਅ ਹੈਗਾ ਹੈ ਕੋਈ ਸ਼ੋਅ ਆਫ ਨਹੀਂ ਹੈਗੇ ਕੋਈ ਇਹ ਨਹੀਂ ਕਿ ਵਿਊ ਲਾਈਕ ਮੀ ਕਿ ਸੋ ਮਚ ਤੁਸੀਂ ਹਨਾ ਅੰਡਰਸਟੈਂਡ ਕੀਤਾ ਆਈ ਨੋ ਗਲਤੀਆਂ ਸਾਰਿਆਂ ਤੋਂ ਹੁੰਦੀਆਂ ਮੈਂ ਇਹ ਨਹੀਂ ਕਹਿੰਦੀ ਕਿ ਮੈਂ ਕੱਲੀ ਰਾਈਟ ਆ ਜਾਂ ਪਰਮਿੰਦਰ ਹੀ ਰਹੂੰਗਾ ਸੋ ਦੋਹਾਂ ਪਾਸੇ ਦੀ ਗੱਲ ਮੈਂ ਕਿਸੇ ਨੂੰ ਬਲੇਮ ਨਹੀਂ ਕਰਦੀ ਕਿ ਟਾਈਮ ਮੈਂ ਰੀਅਲੀ ਐਪਰੀਸ਼ੀਏਟ ਕਰਦੀ ਹਾਂ ਬਟ ਯਸ ਤੁਸੀਂ ਅੰਡਰਸਟੈਂਡ ਕੁਝ ਗੱਲਾਂ 'ਚ ਗੁੱਸਾ ਜ਼ਰੂਰ ਆਂਦਾ ਜੀ ਨਹੀਂ ਮੈਂ ਰੀਅਲੀ ਐਪਰੀਸ਼ੀਏਟ ਕਰਦੀ ਤੁਸੀਂ ਅੰਡਰਸਟੈਂਡ ਕੀਤਾ ਆ ਮੈਂ ਰੀਅਲੀ ਜ਼ਿਆਦਾ ਐਪਰੀਸ਼ੀਏਟ ਕਰਦੀ ਆ ਕਿ ਤੁਸੀਂ ਹਨਾ ਇੱਥੇ ਤੱਕ ਆਏ ਆ ਸੋ ਤੁਸੀਂ ਮੈਨੂੰ 3000 ਕਿਹਾ ਆ ਸੋ ਬਾਕੀ ਦੀ ਅਮਾਉਂਟ ਐਜ਼ ਅ ਲਾਈਕ ਪ੍ਰੋਮਿਸ ਤੁਸੀਂ ਕਹ ਲਓ ਜਿੱਦਾਂ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਜੀ ਤੁਹਾਡਾ ਮਿਲ ਜਾਊਗਾ ਬਟ ਮੈਂ ਐਜ਼ ਅ ਬਸੀ ਸਾਹਿਬ ਦੇ ਸਾਹਮਣੇ ਤੁਹਾਨੂੰ ਗੱਲ ਕਹਿ ਰਹੀ ਹਾਂ ਕਿ ਮਤਲਬ ਮੇਰੇ ਕੋਲ ਹੋ ਸਕਦਾ ਮੈਂ ਤੁਹਾਨੂੰ ਹਫਤੇ ਹਫਤੇ ਵੀ ਪੇ ਕਰਦੀ ਰਹਾਂ 500 ਜਿੱਦਾਂ ਵੀ ਹੋਊਗਾ ਮੇਰੇ ਕੋਲ 200 ਹਾਂਜੀ ਪਰ ਜਿੱਦਾਂ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਨਾ ਮੇਰੀ ਕਰੰਸੀ ਡਿਫਰੈਂਟ ਸੀਗੀ ਸੋ ਮੇਰੀ ਜੀ ਬਿਲਕੁਲ ਤੁਹਾਨੂੰ ਤੁਹਾਡੇ ਪੂਰੇ ਮਿਲੂਗੇ ਜਿੰਨੇ ਤੁਸੀਂ ਦਿੱਤੇ ਸੀਗੇ ਮੇਰੇ 6000 ਅਦਰੋ ਗਏ ਸੀ ਤਾਂ ਤੁਹਾਡੇ 9500 ਚਲੋ ਸਰ ਤੁਸੀਂ ਰਾਜਵਿੰਦਰ ਲਾਈਨ ਹੋਲਡ ਰੱਖੋ ਪਿਛਲੇ ਦਿਨੀ ਇੱਕ ਸਟੋਰੀ ਕਵਰ ਕੀਤਾ ਜਿਸ ਦੇ ਵਿੱਚ ਕੁਝ ਗੱਲ ਕਰੀਏ ਇੰਗਲੈਂਡ ਦਾ ਇੱਕ ਪਰਿਵਾਰ ਤੇ ਇੱਕ ਪਰਿਵਾਰ ਸਾਡੇ ਕੈਨੇਡਾ ਦੇ ਸੂਬੇ ਐਡਮਿੰਟਨ ਤੋਂ ਸੀ ਔਰ ਅਸੀਂ ਕੁਝ ਸੈਕਿੰਡ ਗੱਲਬਾਤ ਕਰ ਰਹੇ ਤੇ ਇਹਨਾਂ ਆਪਸ ਵਿੱਚ ਜੋ ਡਿਸਪਿਊਟ ਸੀਗਾ ਉਹ ਇਹਨਾਂ ਦਾ ਸੋਲਵ ਹੋ ਗਿਆ ਤਾਂ ਇਹ ਪਰਿਵਾਰ ਐਗਰੀ ਕਰ ਗਿਆ ਕਿ ਅਸੀਂ ਪੇਮੈਂਟ ਜਿਹੜੀ ਹੈ ਉਹਨਾਂ ਨੂੰ ਵਾਪਸ ਕਰ ਰਹੇ ਹਾਂ ਮੇਰੇ ਲਾਈਨ 'ਤੇ ਸਾਡੇ ਭੈਣ ਜੀ ਨੇ ਭੈਣ ਜੀ ਤੁਹਾਡਾ ਸ਼ੁਭ ਨਾਮ ਕੀ ਹੈ ਮੇਰਾ ਨਾਮ ਸਿਮਰਤ ਹਾਂਜੀ ਸਿਮਰਤ ਸਿਮਰਤ ਜੀ ਹਾਂਜੀ ਸਿਮਰਤ ਜੀ ਵੈਲਕਮ ਔਰ ਤੁਸੀਂ ਵੀ ਉਹਦੇ ਪਾਰਟਿਸਿਪੇਟ ਕੀਤਾ ਸੀ ਤੁਹਾਡੇ ਹਸਬੈਂਡ ਨੇ ਵੀ ਕੀਤਾ ਦੂਜੇ ਪਾਸੇ ਉਹ ਹਸਬੈਂਡ ਕਪਲ ਨੇ ਵੀ ਕੀਤਾ ਇੰਗਲੈਂਡ ਤੋਂ ਤਾਂ ਤੁਹਾਡਾ ਜਿਹੜਾ ਡਿਸਪਿਊਟ ਹੈ ਤੁਸੀਂ ਉਹਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕੁਝ ਨਹੀਂ ਬਸ ਵੀਰ ਜੀ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਬਸ ਆਪਸ ਦੇ ਵਿੱਚ ਸੋਲਵ ਕਰ ਲੈਣਾ ਜੋ ਵੀ ਹੈਗਾ ਸੋ ਮੇਰੀ ਉਹਨਾਂ ਨਾਲ ਵੀ ਗੱਲ ਹੋ ਗਈ ਸੀ ਉਹਨਾਂ ਨੇ ਮੇਰੇ ਨਾਲ ਗੱਲ ਕਰ ਲਈ ਸੀਗੀ ਸਾਰਿਆਂ ਨੇ ਤੇ ਅਸੀਂ ਇਹੀ ਡਿਸਾਈਡ ਕੀਤਾ ਕਿ ਜੋ ਵੀ ਸਾਡੀ ਪ੍ਰੋਬਲਮ ਹੈਗੀ ਅਸੀਂ ਆਪਸ ਦੇ ਵਿੱਚ ਕਰ ਲੈਣੀ ਆ ਸੋ ਅਸੀਂ ਹੁਣ ਲਾਈਫ ਤੇ ਨਹੀਂ ਆਉਣਾ ਚਾਹੁੰਦੇ ਹੈਗੇ ਕਿਉਂਕਿ ਦੋਨੋਂ ਫੈਮਲੀਆਂ ਦੀ ਇੱਜ਼ਤ ਦਾ ਸਵਾਲ ਆ ਨਹੀਂ ਅੰਡਰਸਟੈਂਡ ਮੇਰੇ ਕਹਿੰਦਾ ਭਾਵ ਹੈ ਕਿ ਤੁਹਾਡੇ ਆਉਣ ਦਾ ਲਿਆਉਣ ਦਾ ਮਕਸਦ ਉਸ ਪਰਿਵਾਰ ਨੇ ਕਿਹਾ ਕਿ ਤੁਸੀਂ ਰੇਡੀ ਤੋਂ ਆਣ ਕੇ ਬਾਸੀ ਦੇ ਕਲੀਅਰ ਕਰ ਦਿਓ ਕਿ ਜੋ ਸਾਡੀ ਚਾਹੇ ਤੁਸੀਂ ਮਿਸ ਰਿੰਡਿਕ ਸਾਹਿਬ ਸਮਝੋ ਜਾਂ ਕੁਛ ਵੀ ਕਹੋ ਕਿ ਤੁਸੀਂ ਜਿਹੜੀ ਉਹਨਾਂ ਦੀ ਪੇਮੈਂਟ ਹੈ ਉਹਨਾਂ ਨੂੰ ਵਾਪਸ ਕਰਨ ਜਾ ਰਹੇ ਹੋ ਜੀ ਬਿਲਕੁਲ ਓਕੇ ਜੀ ਸੋ ਥੈਂਕ ਯੂ ਸੋ ਮੱਚ ਤੁਸੀਂ ਐਗਰੀ ਕਰਦੇ ਹੋ ਕਿ ਪੇਮੈਂਟ ਉਹਨਾਂ ਨੂੰ ਦੇਣਾ ਇੱਕ ਬਹੁਤ ਵੱਡੀ ਹੈ ਤੁਹਾਡਾ ਫੈਸਲਾ ਜ਼ਿੰਦਗੀ ਵਿੱਚ ਮੈਂ ਤੁਹਾਨੂੰ ਸਲੂਟ ਕਰਦਾ ਕਿ ਜ਼ਿੰਦਗੀ ਵਿੱਚ ਭੈਣ ਜੀ ਲਾਈਫ ਬੜੀ ਛੋਟੀ ਹੈ ਔਰ ਹਰ ਇਨਸਾਨ ਗਲਤੀ ਦਾ ਪੁੱਤਲਾ ਆ ਲੈਣਾ ਦੇਣਾ ਬਣਦਾ ਕਿਵੇਂ ਮਜ਼ਦੂਰੀਆਂ ਹੁੰਦੀਆਂ ਬੰਦੇ ਦੀਆਂ ਸਮੇਂ ਸਿਰ ਬੰਦਾ ਪੇ ਨਹੀਂ ਕਰ ਸਕਦਾ ਜਾਂ ਫਿਰ ਕਈ ਵਾਰੀ ਇਹੋ ਜਿਹੀ ਮਜ਼ਦੂਰੀ ਹੋ ਜਾਂਦੀਆਂ ਬੰਦੇ ਨੂੰ ਝੂਠ ਬੋਲਣ ਨੂੰ ਮਜ਼ਬੂਰ ਹੋ ਜਾਂਦਾ ਪਰ ਇਹ ਨਹੀਂ ਕਹਿ ਸਕਦੇ ਕਿ ਸਾਰਾ ਪਰਿਵਾਰ ਹੀ ਹਾਂਜੀ ਮੈਂ ਦੁਨੀਆ ਨੂੰ ਸਿਰਫ ਇੰਨਾ ਹੀ ਕਹੂੰਗੀ ਜੇ ਤੁਹਾਡੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਜਾਂ ਤੁਸੀਂ ਕੋਈ ਪ੍ਰੋਬਲਮ ਖੜੀ ਕਰਦੇ ਆ ਜਾਂ ਕੋਈ ਤੁਹਾਡੀ ਵਾਈਫ ਆ ਕੋਈ ਹਸਬੰਡ ਆ ਇੱਕ ਦੂਜੇ ਦਾ ਉਸ ਵੇਲੇ ਸਾਥ ਦੇਣਾ ਹੀ ਬੈਟਰ ਆ ਘਰ ਤੋੜਨਾ ਬੈਠਣੀ ਤੁਸੀਂ ਬਹੁਤ ਵਧੀਆ ਉਧਰ ਵੀ ਗੱਲਬਾਤ ਕੀਤੀ ਸੀਗੀ ਕਿ ਕੁਝ ਸੋਚ ਮੈਂ ਆਪਣਾ ਘਰ ਨਹੀਂ ਤੋੜਨਾ ਔਰ ਮੈਂ ਘਰ ਬਣਾਈ ਰੱਖਣਾ ਔਰ ਤੁਹਾਡੇ ਵਰਗੀਆਂ ਧੀਆਂ ਸਾਨੂੰ ਚਾਹੀਦੀਆਂ ਨੇ ਸਾਰੇ ਪੰਜਾਬ ਵਿੱਚ ਇਹੋ ਜਿਹੀਆਂ ਧੀਆਂ ਹੋਣ ਜਿਹੜੀ ਕਿ ਚੰਗੀ ਸਿਆਣ ਰੱਖਦੀਆਂ ਹੋਣ ਸਾਨੂੰ ਇੱਕ ਲੇਡੀ ਨੇ ਮੈਂ ਵੀਰ ਜੀ ਇੱਕ ਗੱਲ ਕਹਿਣੀ ਸੀਗੀ ਕਿ ਇੱਕ ਲੇਡੀ ਜੀ ਨੇ ਉਸ ਦਿਨ ਇਹ ਕਿਹਾ ਸੀਗਾ ਉਹਨਾਂ ਨੂੰ ਕਿ ਮੈਂ ਤੁਹਾਡੀ ਹੈਲਪ ਕਰੂੰਗੀ ਕਿ ਮੈਂ ਤੁਹਾਡਾ ਸਾਥ ਦਿੰਦੀ ਆ ਆ ਵੈਬਸਾਈਟ ਵਗੈਰਾ ਪਰ ਕੁਝ ਲੇਡੀਜ਼ ਨੂੰ ਇਹ ਨਹੀਂ ਸਮਝ ਆਉਂਦੀ ਹੁੰਦੀ ਕਿ ਤਾੜੀ ਦੋਨੋਂ ਹੱਥਾਂ ਨਾਲ ਵੱਜਦੀ ਨਾ ਕਿ ਇੱਕ ਦੇ ਨਾਲ ਤੁਹਾਨੂੰ ਕੀ ਪਤਾ ਦੂਜੇ ਪਾਸੇ ਕਿਸੇ ਨਾ ਕੀ ਪ੍ਰੋਬਲਮ ਚੱਲਦੀ ਹੈ ਰਾਈਟ ਤੁਸੀਂ ਕਿਸੇ ਨੂੰ ਕਿੱਦਾਂ ਡਿਸੀਜਨ ਦੇ ਸਕਦੇ ਆ ਇੱਕ ਲੇਡੀ ਹੋ ਕੇ ਤੁਸੀਂ ਲੇਡੀ ਨੂੰ ਨਹੀਂ ਸਮਝਦੇ ਮੈਂ ਲੇਡੀ ਹੋ ਕੇ ਉਹਨੂੰ ਵੀ ਸਮਝ ਰਹੀ ਮੈਂ ਆਪਣੇ ਹਸਬੰਡ ਨੂੰ ਵੀ ਸਮਝਦੀ ਆ ਤੇ ਤੁਸੀਂ ਹੁਣ ਐਗਰੀ ਕਰ ਗਏ ਉਹਨਾਂ ਨੂੰ ਪੈਸੇ ਦੇਣ ਲਈ ਹਾਂਜੀ ਜੀ ਬਿਲਕੁਲ ਓਕੇ ਤੁਸੀਂ ਪੇਮੈਂਟ ਜਿਹੜੀ ਹੈ ਉਹਨਾਂ ਨੂੰ ਕਰ ਦਿੱਤੀ ਹੈ ਜਾਂ ਕਰਨ ਜਾ ਰਹੇ ਹੋ ਨਹੀਂ ਵੀਰ ਜੀ ਮੈਂ ਇਸ ਹਫਤੇ ਇੱਕ ਪੇਮੈਂਟ ਕਰ ਦੇਣੀ ਆ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਕਿਹਾ ਸੀ ਜਦੋਂ ਵੀ ਮੇਰੇ ਕੋਲ ਹੋਊਗਾ ਮੈਂ ਉਸ ਵੇਲੇ ਕਰੂੰਗੀ ਬਟ ਮੈਂ ਤੁਹਾਨੂੰ ਉਹਨਾਂ ਨੂੰ 3000 ਸਮਥਿੰਗ ਮੈਂ ਹੁਣ ਕਰ ਦੇਣੀ 3000 ਕੈਨੇਡੀਅਨ ਰੁਪੀਸ ਜਾਂ ਫਿਰ ਸੌਰੀ ਕੈਨੇਡੀਅਨ ਕਰੰਸੀ ਜਾਂ ਫਿਰ ਪਾਉਂਡ ਜੀ ਕੈਨੇਡੀਅਨ ਕੈਨੇਡੀਅਨ ਤੇ ਬਾਕੀ ਦਾ ਅਮਾਉਂਟ ਤੁਸੀਂ ਲੇਟਰ ਦੇਵੋਗੇ ਉਹਨਾਂ ਨੂੰ ਜਦ ਹਾਂ ਜੀ ਜਿੱਦਾਂ
हाँ जी मैं लाइन ते हां। तुसी मैं कह सकदा कि बहुत ही सियाने परिवार हो और तुसी भैन जी दा सत्कार करो। ये पैसे विच इनवॉल्व नहीं सके, अज उसके बावजूद भी चंगा फैसला लिया कि इनू कलेश खत्म करिए। थोड़ी पेमेंट जी थानू $3,000 आ रहा, तुसी सच है ना, थोड़ी गलबात हो गई है? हाँ जी बस सर साड़ी गल हो गई, इसलिए मैं थोड़ा कॉन्टैक्ट किया कि थोड़ा भी पता होना चाहिए। सर तुम भैन जी दसो कि थैंक यू भैन जी का, क्योंकि इन्होंने फैसला लिया कि थोड़े पैसे रिटर्न करने लिए एग्री हो गया। राइट सिमरत भैन जी कि ठीक हो तुम? हाँ जी थैंक यू सो मच, तुम है ना अंडरस्टैंड किया। आई नो गलतियां सारे तो होंगे, मैं यही कहती कि मैं कली राइट हाँ जो परमिंदर ही रहूंगा। सो दो पास जी नहीं, मैं रियली एप्रीशिएट करती हूँ, अंडरस्टैंड किया है, मैं रियली ज्यादा एप्रीशिएट करती हूँ कि तुम है ना इतने तक आए हैं। सो तुम मैंने 3,000 किया है, सो बाकी दी अमाउंट एज अ लाइक प्रॉमिस तुम कह लो, जिदा तुम मैंने कहा कि तुम मिल जाओगा, बट मैं एज अ बसी साहब के सामने थानू गल कह रही हूँ कि मतलब मेरे को हो सकता मैं हफ्ते हफ्ते भी पे करती रहा 500 जिदा भी होगा मेरे को 200। जिदा मैं थानू यही कहा से ना मेरी करंसी डिफरेंट सी, सो मेरी जी बिल्कुल थानू थोड़े पूरे मिलूंगे जिन्ने तुसी दित्ते सीगे, मेरे 6,000 अदरों गए सी ते थोड़े 9,500। चलो सर तुसी राजविंदर लाइन होल्ड रखो और सिमरत बिजी ने ऑफिस विच अपने काम विच। सिमरत जी थोड़ा धन्यवाद है, बहुत शुक्रिया। थैंक यू वीर जी सो मच, मैं अपने अच्छे बेटे नु तैयार करना है। हां जी कोई नहीं, राजविंदर लाइन होल्ड रखो अपनी प्लीज। ओके वीर जी सत श्री अकाल। सत श्री अकाल जी, गुड बाय। हां जी अच्छा आप राजविंदर सत श्री अकाल। हां जी सत श्री अकाल राजविंदर, तुसीं दसो उन्हां लोकां दसो कम्युनिटी नु, कई बार लोक कहंदे तुसीं लोकां नु लै आउंदे हो जी, लोकां दी गल्लां सुणदे हो, चस्के लैंदे हो, कोई काम नहीं करदे, तुसीं की कहना चाहुंदे कम्युनिटी नु कि बासी शो ऐसा शो है जो कि इंसाफ दिवांदा है? हाँ जी सर मैं सच्ची गल कहती हूँ, मैंने ना मेरे सच्ची फैमिली के बहुत प्रॉब्लम हुई हैं, लोग मैंने बहुत कहते हैं कि तुम बासी के शो से क्यों गए। टू बी ऑनेस्ट मैं 2-3 जॉबा करती हूँ, मैं कदम थोड़ा शो नहीं देखा सीरीयसली, पर एक अमेरिका तो पता नहीं सोर्ट आउट करवाया, तो उन्होंने ही मैंने रेफर किया है कि तुम इतने जाओ। लुक मैं 1 ईयर हो गया, मैं कम्यूनिटी ग्रुप भी ज्वाइन किए, कैनेडा की पुलिस तक भी मैं इनवॉल्व की, उन्होंने रजिस्टर आई मीन उन्होंने मैं वो भी किया सीगा कि मेरे इदा करके सारा मैं उन्होंने इन्फॉर्मेशन दिती सी है ना लाइक फ्रॉड मांग, किसी ने मेरी हेल्प नहीं की। सो मैंने हुण बहुत लोगों ने कहा तो बहुत बड़ी गलती की शो में जाके तेरा मजाक बन गया, 3-4 ब्याह है लोगों ने मजाक उड़ाया मेरा बहुत ज्यादा, पर मैं सच्ची थोड़ा तय दिलो धन्यवाद कर दी, मेरे हसबेंड भी थोड़ा धन्यवाद कर दिया, मेरा जो सोर्ट आउट होया है वो सिर्फ इस शो करके ही होया है, मैंने मेरे पैसे मिल गए, मेरी मेहनत के पैसे आ। ताड़ी मारोगे और सिस्टम करिए, तुसी लोकां नूं कहना चाहुंदे कि बासी शो मैं तुहाडा ते संधू साहब दा जिद्दां गुरवेज भाजी दा रियली एप्रीशिएट तहे दिलों धन्नवाद करदे आं कि तुहाडे खातर ही सारा कुछ होया आ। कोई पैसा नहीं लेना, पर मशहूरी का जिदा जिदा व्यू बढ़ जाने उथो पे पैसे आने, मैनू तो इस गल का पता लग गया सीरीयसली। अच्छा हुण हुण की कहना चाहुंदे उन्हां लोकां नूं दसना सीगा कि बासी है जिन्हें साडा मसला हल कराया सानूं पैसे दवाए आ। तो हूँ इतने स्कूल में मेरी जॉब से कोई भी मैं कहता है, मैं निर होकर कहती हाँ मैं कि मैं कोई माइंड नहीं है इस शो में गई हूँ, पैसे मैंने ता ही मिले, एक साल तो मैं स्ट्रगल करती थी अपने पैसों का। जी असं कम्यूनिटी कहना चाहते दुनिया में जे असं कहते तो करते भी थोड़े सामने हाँ, किन्ने लोगों ने पैसे दवाए अमेरिका किन्ने परिवारों ने पैसे दवाए, एक चीज़ में टाइम लगता। मैं थोड़ा कह रही थी कि तुम मैंने कह रहे थे कि असं कोई पुलिस नहीं है लाइक असं रश नहीं कर सकते, आई नो सारी गल टाइम लगता, पर थैंक यू सो मच थोड़ा एप्रीशिएट। अच्छा तुम्हें याद है मैं तुम्हें कहा था कि असं पुलिस में काम नहीं करते, सानू टाइम लगेगा, टाइम सानू दिओ असं जरूर थोड़ी मदद करेंगे। हाँ जी तुम ये गल मैंने कही थी, इसलिए मेरे हसबेंड रियली एप्रीशिएट करते हैं। सो मैं सारे यही कहना चाहूंगी सची ये शो है, कोई शो ऑफ नहीं है, कोई ये नहीं कि व्यू लाइक लोगों ऑब्वियसली मदद मिलती होगी ता ही आते हैं। सो रही गल लोगों की बोलने की, लोगों ने मजाक बनाना जिसे घर पैंती होंगी पुछ के देखो। सर अज मैं तुम्हें पब्लिक को कहने तैयार हो कि भाई एक ऐसा शो है जो लोगों की मदद करता, साड़ी भी बासी शो ने की है जिस करके सानू पैसा मिले ने मिलने नहीं, तुम थां थां दियां ठोकर खा के फिर दो साढ़े को कारण की है राजविंदर, इतने कुछ लोग ने वेले ने चार, पर जो मापे होंगे बड़ी मुश्किल एक ही करते हैं, सो उन्होंने पुछ के देखो जिन्होंने 3-4 होंगे दिल से पति परमेश्वर कौन ने नहीं जॉब ते सॉरी खुश हो पूरे। हाँ जी थैंक यू सो मच, चलो एटलीस्ट मेरी हाफ अमाउंट मिली है, हाफ उन्होंने एज ए प्रॉमिस है वो डेफिनेटली दोगे मैंने। मेरे का मतलब कि थोड़ी एग्रीमेंट हो गया हाफ उन्होंने देने हो कि नहीं, उन्होंने मैंने दिस वीकेंड, हाँ जी उन्होंने मैंने दिस वीकेंड तो 3,000 देना, ये बाकी अमाउंट है उन्होंने मैंने कहा है
ਕਿ ਤੁਸੀਂ ਤੁਹਾਡੀ ਮੈਂ ਸ਼ੋਰ ਡੈਫੀਨੇਟਲੀ ਦਊਂਗੀ ਮੰਥ ਵੀਕ, ਪਰ ਮੈਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਮੈਂ ਸਾਰੀ ਅਮਾਊਂਟ ਇਕੱਠੀ ਲੈਣੀ ਆ ਕਿਉਂਕਿ ਮੈਂ ਬਾਰ ਬਾਰ ਸੋਚ ਨੀ ਜਾਣਾ ਆਪਣਾ ਮਜ਼ਾਕ ਨੀ ਬਣਾ ਸਕਦੀ, ਪਰ ਚਲੋ ਐਜ ਏ ਹਿਊਮਨ ਕਹਿੰਦੀ ਆ ਉਹ ਵੀ ਭੈਣ ਮੇਰੇ ਵਰਗੀ ਆ, ਜਿੱਦਾਂ ਮੈਂ ਜੋਬ ਕਰਦੀ ਉਹਦੇ ਵੀ ਬੱਚੇ ਆ ਮੇਰੇ ਵੀ ਆ, ਸੋ ਮੈਂ 3000 ਨੂੰ ਐਗਰੀ ਹੋ ਗਈ, ਮੈਂ ਤੇ ਮੇਰੇ ਹਸਬੈਂਡ ਨੇ ਇਕੱਠੇ ਬਹਿ ਕੇ ਗੱਲ ਕੀਤੀ, ਅਸੀਂ ਐਗਰੀ ਹੋ ਗਏ ਤੇ ਬਾਕੀ ਵੀ ਡੈਫੀਨੇਟਲੀ ਉਹ ਸਿਸਟਰ ਜ਼ਰੂਰ ਦਊਗੀ ਤੁਹਾਡੇ। ਤੁਹਾਨੂੰ ਅੱਜ ਪ੍ਰੋਗਰਾਮ ਵਿੱਚ ਲਿਆਉਣ ਦਾ ਮਕਸਦ ਇਹੀ ਸੀ ਲੋਕਾਂ ਨੂੰ ਉਹਨਾਂ ਦੱਸਣਾ, ਉਹਨਾਂ ਲੋਕਾਂ ਨੂੰ ਚੁੱਪ ਕਰਾਉਣਾ ਵਿੱਚ ਲੋਕਾਂ ਦੇ ਮੂੰਹ ਬੰਦ ਕਰਨੇ ਜਿਹੜੇ ਕਿ ਬਿਨਾਂ ਮਤਲਬ ਤੋਂ ਊਲ ਜਲੂਲ ਗੱਲਾਂ ਕਰਦੇ ਨੇ। ਬਹੁਤ ਲੋਕਾਂ ਨੇ ਮਜ਼ਾਕ ਬਣਾਤਾ, ਥੈਂਕ ਯੂ ਤੁਸੀਂ ਮੈਨੂੰ ਸ਼ੋਅ ਤੇ ਲੈ ਕੇ ਆਏ, ਮੈਂ ਚਾਹੁੰਦੀ ਸੀ ਰੇਲੀ ਇਹ ਸ਼ੋਅ ਹੋਵੇ, ਲੋਕਾਂ ਨੇ ਤਾਂ ਬਹੁਤ ਕਿਹਾ ਗਿਆ ਤੇਰੀ ਫੋਟੋ ਲਗਾਤੀ ਅੱਦਾ, ਪਰ ਮੈਨੂੰ ਕੋਈ ਡਰ ਨਹੀਂ ਸੀ ਕਿਉਂਕਿ ਮੈਂ ਸੱਚੀ ਸੀ, ਮੈਨੂੰ ਪਤਾ ਹੈ ਕਿ ਸੱਚ ਦੀ ਆਲਵੇਜ਼ ਜਿੱਤ ਹੁੰਦੀ ਆ। ਦੇਖੋ ਭੈਣ ਜੀ, ਜਦੋਂ ਇਹ ਮੇਰੀ ਗੱਲ ਸੁਣੋ, ਜੇ ਕੋਈ ਬਿਮਾਰੀ ਦਾ ਇਲਾਜ ਕਰਨਾ, ਡਾਕਟਰ ਨੂੰ ਆਪਰੇਸ਼ਨ ਕਰਨਾ ਪੈਣਾ, ਤਾਂ ਆਪਰੇਸ਼ਨ ਤੋਂ ਬਗੈਰ ਤਾਂ ਨਹੀਂ ਤੁਸੀਂ ਆਪਣਾ ਇਲਾਜ ਕਰਾ ਸਕਦੇ ਨਾ, ਬਿਮਾਰੀ ਜਿਹੜੀ ਆ ਪੇਟ ਵਿੱਚ ਆ। ਈਵਨ ਮੇਰੇ ਘਰ ਦੇ ਵੀ ਅਗੇਂਸਟ ਗਏ ਸੀ, ਤੇ ਉੱਥੇ ਜਾ ਕੇ ਆਪਣਾ ਨਾਮ ਵੀ ਸਾਰਾ ਕੁਝ ਦੱਸਿਆ, ਮੈਂ ਸੱਚ ਦੇ ਰਾਸਤੇ ਤੇ ਚੱਲਣੀ ਆ, ਅੱਜ ਤੱਕ ਤੇ ਚੱਲਦੀ ਰਹਿਣਾ, ਫਿਰ ਭਾਵੇਂ ਜੋ ਮਰਜ਼ੀ ਹੋ ਜਾਵੇ, ਮੈਂ ਝੂਠ ਨਹੀਂ ਬੋਲ ਸਕਦੀ ਬਸ। ਵੈਰੀ ਗੁੱਡ। ਸੋ ਤੁਸੀਂ ਲੋਕਾਂ ਨੂੰ ਕਹਿਣਾ ਕੀ ਚਾਹੁੰਦੇ ਸਾਡੇ ਸ਼ੋਅ ਬਾਰੇ? ਮੈਂ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਅੱਜ ਵੀ ਇੱਕ ਮੈਂ ਸਟੋਰੀ ਦੇਖੀ ਆ, ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਇੱਥੇ ਜਾ ਕੇ ਸੋਰਟ ਆਊਟ ਸਾਰਾ ਕੁਝ ਹੁੰਦਾ ਹੈ, ਲਾਈਕ ਟਾਈਮ ਲੱਗਦਾ ਹੈ, ਕਿਸੇ ਵੀ ਕਿਸੇ ਦਾ ਵੀ ਕੋਈ ਕੁੜੀ ਆ ਚਾਹੇ ਕੋਈ ਮੁੰਡਾ ਹੈ, ਉਹਨਾਂ ਦਾ ਮਜ਼ਾਕ ਨਾ ਬਣਾਓ, ਕੋਈ ਦੁਖੀ ਹੋਊਗਾ ਜਿਹੜਾ ਇੱਥੇ ਆਉਂਦਾ ਆ, ਉਦਾਂ ਤਾਂ ਕਿਸੇ ਦਾ ਵੀ ਦਿਲ ਨਹੀਂ ਕਰਦਾ ਹੁੰਦਾ, ਸੋ ਆਉਂਦੇ ਵੀ ਸਾਰੇ ਤਾਂ ਹੀ ਆ, ਇਹ ਸ਼ੋਅ ਚੱਲਦਾ ਵੀ ਇੰਨਾ ਤਾਂ ਹੀ ਆ, ਤੁਸੀਂ ਆਬਵੀਅਸਲੀ ਸਾਰਿਆਂ ਦਾ ਸੋਰਟ ਆਊਟ ਕਰਵਾਉਂਦੇ ਆ, ਤਾਂ ਹੀ ਲੋਕ ਆਉਂਦੇ ਆ ਇੱਥੇ। ਥੈਂਕ ਯੂ ਸੋ ਮਚ। ਮੈਂ ਵੀ ਇਸੇ ਹੋਪ ਦੇ ਨਾਲ ਆਈ ਸੀ ਇੱਥੇ। ਤਾਂ ਤੁਹਾਡੀ ਹੋਪ ਪੂਰੀ ਹੋ ਗਈ? ਹਾਂਜੀ, ਮੇਰੀ ਹੋਪ ਪੂਰੀ ਹੋ ਗਈ, ਮੈਂ ਲਾਈਫ ਦੇ ਵਿੱਚ ਕਦੇ ਸ਼ੋਅ ਨਹੀਂ ਸੀ ਦੇਖਿਆ, ਪਰ ਹੁਣ ਮੈਂ ਡੈਫੀਨੇਟਲੀ ਦੇਖੂੰਗੀ। ਥੈਂਕ ਯੂ ਸੋ ਮਚ, ਗੁੱਡ ਲੱਕ। ਹਾਂਜੀ, ਥੈਂਕ ਯੂ ਸੋ ਮਚ। ਇਹ ਹੈ ਸਾਡੇ